ਸਲਾਮ ਵਾਲੇਕਮ ਅੱਜ ਮੈਂ ਜਨਾਬ ਚਿੱਟੀਸ਼ਾਹ ਪਿੰਡ ਚ ਲੋਤਾ ਵਾਂ ਤੇ ਤੁਹਾਨੂੰ ਅੱਜ ਵਹਾਨਾ ਜਿਹੜਾ 400 ਸਾਲ ਪੁਰਾਣਾ ਕਬਰਿਸਤਾਨ ਹੈ ਤੇ 350 ਸਾਲ ਪੁਰਾਣੀ ਮਸਜਿਦ ਹੈ ਤੁਹਾਨੂੰ ਵਹਾਨਾ ਤੇ ਇੱਥੇ ਇੱਕ ਸੂਫੀ ਸ਼ਾਇਰ ਦੀ ਕਬਰ ਵੀ ਹੈ ਉਹ ਵੀ ਤੁਹਾਨੂੰ ਵਹਾਵਾਂਗਾ ਜਨਾਬ ਅਸੀਂ ਚਿੱਟੀਸ਼ਾਹ ਪਿੰਡ ਦੇ ਵਿੱਚ ਬਾਬਾ ਗੁਲਾਮ ਫਰੀਦ ਵੀ ਰਹਿ ਕੇ ਗਏ ਨੇ ਤੇ ਇਹ ਜਨਾਬ ਇੱਥੇ ਉਹਨਾਂ ਦੇ ਚਾਹਣ ਵਾਲਿਆਂ ਦੀਆਂ ਕਬਰਾਂ ਵੀ ਨੇ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਉਹਨਾਂ ਦੇ ਚਾਹਣ ਵਾਲਿਆਂ ਦੀਆਂ ਕਬਰਾਂ ਵੀ ਨੇ ਜਿਹੜੇ ਉਹਨਾਂ ਦੇ ਚਾਣ ਆ ਰਹੇ ਨੇ ਐਸ ਸਾਈਡ ਤੇ ਉਹਨਾਂ ਦੀਆਂ ਕਬਰਾਂ ਨੇ ਉਭੀ ਮੈਂ ਤੁਹਾਨੂੰ ਅੱਗੇ ਵੀਡੀਓ ਚ ਬਹਾਨਾ ਤੇ ਇਹਨਾਂ ਕਬਰਿਸਤਾਨ ਦਾ ਨਾਮ ਵੀ ਕਬਰਿਸਤਾਨ ਪੀਰ ਗੁਲਾਮ ਫਰੀਦ ਮੋਬਰਲੇਗਿ اسلام ਪਾਕੋਹਿੰ ਉਲਾਦੀ ਗਨ ਸ਼ੁਕਰ ਦੇ ਨਾਮ ਤੇ ਰੱਖਿਆ ਹੈ ਇਹ ਕਬਰਿਸਤਾਨ ਦਾ ਨਾਮ ਇਹ ਕਬਰਿਸਤਾਨ ਐਂਟਰ ਹੋਣ ਤੋਂ ਪਹਿਲੇ ਇਹ ਜਨਾਬ ਆਪਣਾ ਬੋਰਡ ਲੱਗਾ ਤੇ ਇਦੂ ਕਬਰਿਸਤਾਨ ਸਟਾਰਟ ਹੁੰਦਾ ਹੈ ਸਾਈਡ ਤੁਸੀਂ ਵੇਖ ਸਕਦੇ ਹੋ ਇੱਥੇ ਵੀ ਕਬਰਾਂ ਨੇ ਇਹ ਤੂੰ ਕਬਰਸਤਾਨ ਸ਼ੁਰੂ ਹੁੰਦੇ ਤੇ ਇਹਦੇ ਤੋਂ ਬਾਅਦ ਅੱਗੇ جناب ਉਹ ਮਕਬਰਾ ਜਿਹਦੀ وجہ ਤੋਂ ਮਸ਼ਹੂਰ ਏ ਜੀ ਅੱਜ ਮੈਂ ਤੁਹਾਨੂੰ ਬੁਹਾਰ ਰਿਹਾ ਵਾਂ 350 ਸਾਲ ਪੁਰਾਣੀ ਮਸਜਿਦ ਸਿਆਲਕੂੜ ਦੇ ਇੱਕ ਪਿੰਡ ਵਿੱਚ ਜਿਹਦਾ ਨਾਮ ਚਿੱਟੀ ਸ਼ੇਹਾ ਮੇਰੇ ਪਿੱਛੇ ਤੁਸੀਂ ਦੇਖਦੇ ਹੋ ਵੀ ਇਸ 350 ਸਾਲ ਪੁਰਾਣੀ ਮਸਜਿਦ ਇਹ ਹੁਣ ਇਹ ਮਸਜਿਦ ਨੂੰ ਰੰਗ ਕਰਕੇ ਤੇ ਇਹਨੂੰ ਅਸਲੀ ਹਾਲਾਤ ਵਿੱਚ ਬਰਕਰਾਰ ਰੱਖਿਆ ਗਿਆ ਹੈ ਜੇ ਤੁਸੀਂ ਇਹ ਵੇਖ ਸਕਦੇ ਹੋ ਇਹ 350 ਸਾਲ ਪੁਰਾਣੀ ਮਸਜਿਦ ਹੈ ਤੇ ਬਿਲਕੁਲ ਛੋਟੀ ਮਸਜਿਦ ਹੈ ਕੀ ਤੁਸੀਂ ਕਰ ਸਕਦੇ ਹੋ ਕਿ ਇਹਨੂੰ ਅਗਰ ਰੰਗ ਨਾ ਕੀਤਾ ਜਾਂਦਾ ਤੇ ਇਹ ਹੋ ਜਾਂਦੀ ਬਰਬਾਦ ਮਸੇ ਸ਼ਹੀਦ ਹੋ ਜਾਂਦੀ ਤੇ ਚਲੋ ਮੈਂ ਤੁਹਾਨੂੰ ਅੰਦਰ ਲੈ ਕੇ ਜਾਂਦਾ ਤੇ ਅੰਦਰੋਂ ਵੀ ਤੁਹਾਨੂੰ ਵਹਾਨਾ ਵਾਂਗ ਐ ਵੇਖੋ ਅੰਦਰ ਕਿਹੜੀ ਕਿਹੜੀ ਚੀਜ਼ਾਂ ਨੇ ਰੱਖੀਏ ਤੇ ਅੰਦਰੋਂ ਜਨਾਬ ਇਹਦੀ ਕੀ ਖੂਬਸੂਰਤੀ ਹੈ ਆ ਤੁਸੀਂ ਦੇਖ ਸਕਦੇ ਹੋ ਇੱਥੇ ਪੰਖੇ ਦਾ ਵੀ ਇੰਤਜ਼ਾਮ ਹੈ ਜਨਾਬ ਤੇ ਐ ਵੇਖੋ ਛੋਟੇ ਛੋਟੇ بڑے ਖੂਬਸੂਰਤ ਡਿਜ਼ਾਈਨਾਂ માં ਫੁੱਲ ਬਣੇ ਨੇ ਤੇ ਅੰਦਰੋਂ ਵੀ ਉਹਨਾਂ ਨੇ ਇਹਨੂੰ ਰੰਗ ਕਰਕੇ ਸਾਫ ਸੁਥਰਾ ਰੱਖਿਆ ਇਥੇ ਕਿਸੇ ਵਕਤ ਦੇ ਵਿੱਚ ਨਮਾਜ਼ੀ ਆਪਣਾ ਨਮਾਜ਼ ਅਦਾ ਕਰਦੇ ਸਨ ਅਜ਼ਾਨ ਹੁੰਦੀ ਸੀ ਸਪੀਕਰ ਵੀ ਇੱਥੇ ਪਏ ਹੈ ਲੇਕਿਨ ਉਹਨਾਂ ਇੱਥੇ ਅਜ਼ਾਨ ਨਹੀਂ ਹੁੰਦੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਜਿਹੜੀ ਆਪਣਾ ਮਸਜਿਦ ਹੈ ਨਾ ਇਹ ਨਵਾਬ ਸ਼ਾਹ ਸੌਂਦਾ ਨੇ ਇਹਨੂੰ ਤਮੀਰ ਕਰਵਾਇਆ ਸੀ ਤੇ ਇਹ ਜਨਾਬ ਆਪਣਾ 350 ਸਾਲ ਪੁਰਾਣੀ ਇਹ ਮਸਜਿਦ ਹੈ ਤੇ 400 ਸਾਲ ਪੁਰਾਣਾ ਇਹ ਕਬਰਸਤਾਨ ਹੈ ਜਿਸ ਕਬਰਸਤਾਨ ਚ ਅਸੀਂ ਖਲੋਤੇ ਆ ਇਸ ਵਕਤ ਤੇ ਉਸੇ ਕਬਰਸਤਾਨ ਚ ਇਹ ਮਸਜਿਦ ਬਣੀ ਹੈ ਇਹ 350 ਸਾਲ ਪੁਰਾਣੀ ਮਸਜਿਦ ਹੈ ਇਹ ਦੀ ਸ੍ਰੀ ਇਹ ਮਸਜਿਦ ਤੁਸੀਂ ਦੇਖ ਸਕਦੇ ਹੋ ਇਸ ਵਕਤ ਵੀ ਅਸਲੀ ਹਾਲਾਤ ਚ ਮੌਜੂਦ ਹੈ ਤੇ ਕਿੱਡੀ ਕੇ ਮਸਜਿਦ ਤੇ ਤੁਹਾਨੂੰ ਨਜ਼ਰ ਆਉਂਦੀ ਹੋਏਗੀ ਮਸਜਿਦ ਦੇ ਉੱਤੇ ਲਿਖਿਆ ਹਾਫਿਜ਼ ਬਖਰਖਰਦਾਰ ਤੇ ਇਹ ਜਨਾਬ ਆਪਣਾ ird gird ਸਾਰੀਆਂ ਕਬਰਾਂ ਨੇ ਤੇ ਇਹ ਜਿਹੜਾ ਕਬਰਸਤਾਨ ਹੈ ਤਾਰੀਹੀ ਕਬਰਸਤਾਨ ਹੈ ਤੇ ਜਨਾਬ ਇਹ 350 ਸਾਲ ਪੁਰਾਣੀ ਮਸਜਿਦ ਜਿੱਥੇ ਵੇ 450 ਸਾਲ ਜਾਂ 400 ਸਾਲ ਪੁਰਾਣਾ ਜੜਾਏ ਕਬਰਸਤਾਨ ਹੈ ਇੱਥੇ ਇੱਕ ਸੂਫੀ ਬਜ਼ੁਰਗ ਹਾਫਿਜ਼ ਬਰਖੁਰਦਾਰ ਰਾਂਝਾ ਸਾਹਿਬ ਦੀ ਆਪਣਾ ਮਜ਼ਾਰ ਹੈ ਤੇ ਇਹ ਜਨਾਬ ਉਹ ਵੀ ਤੁਹਾਨੂੰ ਵਹਾਨੇ ਆ ਆਪਣਾ ਉਹਨਾਂ ਦੀ ਜਿਹੜੀ ਹੈ ਮਜ਼ਾਰ ਹੈ ਇਸ ਕਬਰਸਤਾਨ ਦਾ ਜਿਹੜਾ ਹੈ ਇੱਸੀ ਜਿੱਥੇ ਉਹਨਾਂ ਦੀ ਮਜ਼ਾਰ ਹੈ ਇਹ ਪੁਰਾਣਾ ਇੱਸੀ ਹੈ ਇਹ ਜਨਾਬ 400 ਸਾਲ ਪੁਰਾਣੀ ਕਬਰਸਾਨ ਹੈ ਪੁਰਾਣੇ ਹਿੱਸੇ ਦੇ ਵਿੱਚ ਇਹ ਸੂਫੀ ਸ਼ਾਇਰ ਦੀ ਇਹ ਮਜ਼ਾਰ ਹੈ ਤੁਸੀਂ ਵੇਖ ਸਕਦੇ ਹੋ ਜਿਹਦੇ ਅੰਦਰ ਜਨਾਬ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਇਸ ਕਬਰਸਾਨ ਦੇ ਵਿੱਚ ਇੱਕ ਸ਼ਾਇਰ ਦੀ ਵੀ ਮਜ਼ਾਰ ਹੈ ਇੱਕ ਸ਼ਾਇਰ ਦੀ ਕਬਰ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੇ ਇਹ ਜਨਾਬ ਸਾਨੂੰ ਨਹੀਂ ਸੀ ਪਤਾ ਇੱਥੇ ਇੱਕ ਬਜ਼ੁਰਗ ਨੇ ਤੇ ਉਹਨਾਂ ਸਾਨੂੰ ਆ ਦੱਸਿਆ ਕਿ ਜਨਾਬ ਇੱਥੇ ਆਪਣਾ ਸੂਫੀ ਸ਼ਾਇਰ ਨੇ ਪੰਜਾਬੀ ਦੇ तो उन्हों की मजार वह भी विजिट करो तो वह भी तुम जाके अपना देखो वो इतें ही अपना देखभाल करते हैं इतने बजुर्ग वीडियो भी नज़र आन बुज़ुर्ग इस पूरे कब्रस्तान देखभाल करते हैं उन तो हूँ जनाब उन्हें एक कुआं भी हैं बहुत पुराना वो भी उन्होंने सू बना है तो उन्हें तोडियो नज़र आते हैं तो यह बुज़र्ग ने जोड़े इस कब्रस्तान हूँ ने कब्रस्तान मकबरे वाले ਆਪਣਾ ਕਬਰਿਸਤਾਨ ਤੋਂ ਮਸ਼ਹੂਰ ਹੈ ਤੇ ਇਹ ਜਨਾਬ ਸਾਨੂੰ ਇੱਕ ਉਨ ਲੈ ਕੇ ਜਾਂਦੇ ਨੇ ਪੇਜੀ ਇਹ ਜਿਹੜਾ ਬਹੁਤ ਪੁਰਾਣਾ ਜਿਸ ਦੌਰ ਦੀ ਮਸਜਿਦ ਉਸੇ ਦੌਰ ਦਾ ਹੈ ਕੂਹ ਤੇ ਇੱਥੇ ਉਹਨਾਂ ਨੇ ਆਪਣਾ ਜਨੇਵੀ ਨਾ ਪਾਕ ਵਰਕ ਉਹ ਇੱਥੇ ਸੁਟੇ ਨੇ ਸੁਪਾਰੇ ਹੋ ਗਏ ਜਾਂ ਕੋਈ ਸ਼ਹੀਦ ਆਪਣਾ ਕੁਰਾਨ ਪਾਕ ਹੋ ਗਿਆ ਉਹ ਸਾਰੇ ਉਹਨਾਂ ਨੇ ਇੱਥੇ ਰੱਖੇ ਨੇ ਇਹ ਹੁਣ ਕੂਹ ਬੰਦ ਹੋ ਗਿਆ ਤੇ ਬਾਨੀ ਨਿਸ਼ਾ ਸੋਦਾ ਇਹ ਜਨਾਬ ਉਹਨਾਂ ਦੀ ਉਸ ਵਕਤ ਦੀ ਤਖਤੀ ਵੀ ਲੱਗੀ ਹੋਈ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਪੁਰਾਣੀ ਤਖਤੀ ਉੱਤੇ ਵੀ ਹੈ ਹੁਣ ਬਾਅਦ ਚ ਲਾਈ ਗਈ ਹੈ ਇਹ ਜਿਹੜੀ ਤਖਤੀ ਹੈ ਤੇ ਇਹ ਜਿਹੜਾ ਤੁਸੀਂ ਵੇਖਦੇ ਹੋ ਪੇ ਇਹ ਜਨਾਬ ਉਸ ਵਕਤ ਦਾ ਆਪਣਾ ਸਮਝੋ ਕਿ ਰੈਸਟ ਹਾਊਸ ਸੀ ਬੈਠਕ ਹੁੰਦੀ ਸੀ ਜਾਂ ਡੇਰਾ ਹੁੰਦਾ ਸੀ ਇਹ ਉਹ ਜਗ੍ਹਾ ਉਸ ਵਕਤ ਦੀ ਜਿਸ ਦੌਰ ਚ ਮਸਜਿਦ ਬਣੀ ਹੈ ਨਾ ਇਹ ਉਸ ਦੌਰ ਦਾ ਜਨਾਬ ਆਪਣਾ ਸਮਝੋ ਕਿ ਮਹਿਮਾਨ ਹਨ ਨੇ ਹੁਣ ਤੁਸੀਂ ਉਹਦੀ ਹਾਲਤ ਵੇਖ ਸਕਦੇ ਹੋ ਇਸ ਮਹਿਮਾਨਖਾਨੇ ਦੇ ਅੰਦਰ ਵੀ ਹੌਨ ਕਵਨਾ ਬਣ ਗਈਆਂ ਨੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹ ਵੇਖੋ ਬਹੁਤ ਹੀ ਪੁਰਾਣਾ ਹੈ ਔਰ ਇਸ ਮਹਿਮਾਨਖਾਨੇ ਦੇ ਸਿਰਫ ਦੋ ਮিনার ਨੇ ਇੱਕ ਮিনার ਇਹ ਤੁਹਾਨੂੰ ਨਜ਼ਰ ਆਉਂਦਾ ਪਿਆ ਇੱਕ ਦਿਓ ਬੈਕ ਸਾਈਡ ਤੇ ਤੁਹਾਨੂੰ ਮিনার ਨਜ਼ਰ ਆਉਂਦਾ ਹੋਏਗਾ ਦੋਨਾਂ ਸਾਈਡਾਂ ਤੇ ਇਹਦੇ ਮিনার ਬਨੇ ਨੇ ਤੇ ਇਹ ਦਰਵਾਜ਼ਾ ਵੀ ਉਸ ਵਕਤ ਉਹਨਾਂ ਨੇ ਬਣਾਇਆ ਹੈ ਇਹਦੇ ਵਿੱਚ ਛੋਟੀ ਟਾਈਲ ਸਮਾਲ ਹੋਈ ਏ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਹੁਣ ਇਹਦਾ ਦਰਵਾਜ਼ਾ ਬਾਹਰ ਚ ਲੱਗਾ ਹੈ ਪਹਿਲੇ ਇਹਦਾ ਦਰਵਾਜ਼ਾ ਨਹੀਂ ਸੀ ਇੱਥੇ ਲੱਗਾ ਹੁੰਦਾ ਇਹ ਲੋਹੇ ਦਾ ਦਰਵਾਜ਼ਾ ਜਿਹੜਾ ਇਹਨਾਂ ਨੇ ਬਾਅਦ ਚ ਲਾਇਆ ਤੇ ਇਹਦੇ ਅੰਦਰ ਇਹ ਤੁਸੀਂ ਵੇਖ ਸਕਦੇ ਹੋ ਕਿ ਇਹ ਆਪਣਾ ਕਵਨਾ ਬਣ ਗਈਆਂ ਨੇ ਪਹਿਲੇ ਉਸ ਵਕਤ ਦੇ ਵਿੱਚ ਇੱਥੇ ਉਹਨਾਂ ਦੀ ਬੈਠਕ ਹੁੰਦੀ ਸੀ ਇੱਥੇ ਉਹ ਸਾਰੇ ਯਾਰ ਦੋਸਤ ਬਹਿੰਦੇ ਸਨ ਤੇ ਬੈ ਕੇ ਗੱਪਸ਼ਪ ਹੁੰਦੀ ਸੀ ਇਹ ਉਹ ਜਿਹੜੀ ਜਗ੍ਹਾ ਹੈ ਇਹਨੂੰ ਮਹਿਮਾਨਹਾਨਾ ਵੀ ਕਿਹਾ ਜਾਂਦਾ ਹੈ ਬੈਠਕ ਵੀ ਕਿਹਾ ਜਾਂਦਾ ਹੈ ਸਮਝੋ ਇਹ ਡੇਰਾ ਵੀ ਹੈ ਇਹ ਉਹ ਪੁਰਾਣਾ ਕਬਰਸਾਨ ਹੈ ਇਹ ਪੁਰਾਣਾ ਹੀ ਸ ਹੈ ਤੇ ਇਹਦੇ ਵਿੱਚ ਬੜੇ ਪੁਰਾਣੇ ਲੋਕ ਨੇ ਜਿਹੜੇ ਦਫਨ ਨੇ ਤੇ ਇਹ ਜਿਹੜੀ ਮੇਰੇ ਪਿੱਛੇ ਤੁਸੀਂ ਵੇਖਦੇ ਹੋ ਨਾ ਪਰ ਜਿਹੜੀ ਅੱਗੇ ਤੁਹਾਨੂੰ ਮਸਜਿਦ ਵਹਾਈ ਹੈ ਉਹਦਾ ਥੋੜਾ ਜਿਹਾ ਛੋਟਾ ਜਿਹਾ ਮਸਜਿਦ ਦੀ ਤਮੀਰ ਦੇ ਵਿੱਚ ਜਿਹੜਾ ਮਟੀਰੀਅਲ ਇਸਤੇਮਾਲ ਹੋਇਆ ਮੈਂ ਤੁਹਾਨੂੰ ਦੱਸਣਾ ਵਾਂ ਕਿ ਚੂਨਾ ਤੇ ਆਪਣਾ ਮਸਰਾ ਦੀ ਦਾਲ ਜਿਹੜੀ ਹੈ ਉਹ ਮਿਕਸ ਕਰਕੇ ਤੇ ਇਹਦੀ ਆਪਣਾ ਚਨਾਈ ਕੀਤੀ ਗਈ ਹੈ ਇਟਾਂ ਦੀ ਟਾਇਲਟ ਦੀ ਚਨਾਈ ਹੋਈ ਏ ਇਹ ਜਨਾਬ ਉਸ ਵਕਤ ਦੇ ਆਪਣਾ ਮਾਹਰ ਕਾਰੀਗਾਰਾ ਨੇ ਮਸਜਿਦ ਬਣਾਈ ਏ ਕਿਉਂਕਿ ਚੂਨਾ ਤੇ ਢਾਲ ਇਸਤੇਮਾਲ ਹੋਈਏ ਇਸ ਵਜ੍ਹਾ ਤੂੰ ਐ ਜਿਹੜੀ ਮਸਜਿਦ ਏ ਇੰਨੀ ਧੀਰ ਤੂੰ ਇਹ ਆਪਣਾ ਮजूद ਏ ਇੰਨੀ ਧੀਰ ਕੱਢ ਗਈ ਅਗਰ ਇਹ ਹੁਣ ਦੇ ਵਕਤ ਜਿਹੜਾ ਇਸਤੇਮਾਲ ਹੁੰਦਾ ਸੀਮਿੰਟ ਉਹਦੇ ਨਾਲ ਬਣੀ ਹੁੰਦੀ ਤੇ ਐਨੇ ਆਪਣਾ 100 ਸਾਲ ਵੀ ਨਹੀਂ ਸੀ ਕੱਢਣਾ ਤੇ ਐਨੇ ਆਪਣਾ ਤਬਾਹ ਹੋ ਜਾਣਾ ਸੀ ਮਸਜਿਦ ਨੇ ਇਹ ਵੇਖ ਸਕਦੇ ਹੋ ਤੁਸੀਂ ਕਿ ਇਹ ਰਾਂਗੇ ਦੇ ਤੇ ਕੀਤਾ ਗਿਆ ਦੁਬਾਰਾ ਤੇ ਇੰਜ ਲੱਗਦਾ ਪਿਆ ਕਿ ਇਹਨੂੰ ਥੋੜੀ ਦੇਰ ਹੋਈਏ ਇਹਨੂੰ ਤਮੀਰ ਕੀਤਿਆਂ ਤੇ ਇਹ ਵੇਖ ਸਕਦੇ ਹੋ ਤੁਸੀਂ ਮਸਜਿਦ ਦੀ ਕਿ ਹੁਣ ਇੱਥੇ ਜਿਹੜਾ ਦਰਵਾਜ਼ਾ ਲੱਗਾ ਹੈ ਵੀ ਹੁਣ ਹੀ ਲੱਗਾ ਇਹਦੇ ਸੇਹਨ ਦੇ ਵਿੱਚ ਪੱਥਰ ਲੱਗਾ ਤੇ ਇੱਥੇ ਕਿਸੇ ਵਕਤ ਅਜ਼ਾਨ ਵੀ ਹੁੰਦੀ ਸੀ ਤੇ ਨਮਾਜ਼ੀ ਆ ਕੇ ਨਮਾਜ਼ ਅਦਾ ਕਰਦੇ ਸਨ ਹੁਣ ਇਹ ਜਿਹੜੀ ਮਸਜਿਦ ਦੇ ਇਥੇ ਕੋਈ ਰਾਗੀਰ ਗੁਜ਼ਰਦਾ ਆ ਕੇ ਤੇ ਆਪਣਾ ਨਮਾਜ਼ ਪੜ ਲੈਂਦਾ ਹੈ ਅਜ਼ਾਨ ਆਪਣਾ ਕੋ ਦੇ ਲੈਂਦਾ ਇਥੇ ਕਿਉਂਕਿ ਸਪੀਕਰ ਵੀ ਮੌਜੂਦ ਹੈ ਤੇ ਲਾਈਟ ਦਾ ਇੰਤਜ਼ਾਮ ਵੀ ਇਥੇ ਮੌਜੂਦ ਹੈ ਕਿਸੇ ਵਕਤ ਦੇ ਵਿੱਚ ਇਥੇ ਆਪਣਾ ਸਹੀ ਰਾਇਸ਼ ਹੁੰਦਾ ਸੀ ਨਮਾਜ਼ਿਆਂ ਦਾ ਨਮਾਜ਼ੀ ਨਮਾਜ਼ ਅਦਾ ਕਰਦੇ ਸਨ ਤਿੰਨ ਵਕਤ ਵੀ ਇਥੇ ਅਜ਼ਾਨ ਹੋਈ ਹੈ ਪੰਜ ਵਕਤ ਵੀ ਇਥੇ ਅਜ਼ਾਨ ਹੋਈ ਹੈ ਤੇ ਇਥੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਇਹਦੇ ਮਨਾਰਾਂ ਦੀ ਕੀ ਹਾਲਤ ਹੈ ਇਹਦੀ ਆਪਣਾ ਦੁਬਾਰਾ ਤੋਂ ਮੇਨਟੇਨੈਂਸ ਕੀਤੀ ਗਈ ਹੈ ਤੇ ਉਹਦੀ ਵਜ੍ਹਾ ਤੋਂ ਇਹਨੂੰ ਬਰਕਰਾਰ ਰੱਖਿਆ ਕਿਉਂਕਿ ਇਹ ਕਦੀਮੀ ਅਸਾਸ ਹੈ ਤੇ ਇਹ ਉਹ ਮਕਬਰਾ ਜਿਹੜਾ ਮੇਰੇ ਪਿੱਛੇ ਤੁਸੀਂ ਵੇਖਦੇ ਹੋ ਨਾ ਇਹ ਮਕਬਰਾ ਜਿਹਦੀ ਵਜ੍ਹਾ ਤੋਂ ਇਹ ਮਸ਼ਹੂਰ ਹੈ ਮਕਬਰੇ ਵਾਲੀ ਕਬਰਿਸਤਾਨ ਇੱਥੇ ਵੀ ਆਪਣਾ ਬਜ਼ੁਰਗਾਂ ਦੀਆਂ ਕਬਰਾਂ ਨੇ ਇਹ ਮੇਰੇ ਪਿੱਛੇ ਜਿਹੜਾ ਤੁਸੀਂ ਵੇਖਦੇ ਹੋ ਨਾ ਪੇ ਚਿੱਟੇ ਰੰਗ ਦਾ ਇਹ ਮਕਬਰਾ ਹੈ ਜੇ ਅਗਰ ਇੱਥੇ ਆਉਣਾ ਹੋਵੇ ਚਿੱਟੀ ਸ਼ਾਹ ਪਿੰਡ ਦੇ ਵਿੱਚ ਆਉਣਾ ਤੇਨੂੰ ਵੀ ਪੁੱਛ ਸਕਦੇ ਅਸੀਂ ਮਕਬਰੇ ਵਾਲੀ ਕਬਰਸਤਾਨ ਜਾਣ